ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਅਤੇ ਟਾਈਮ ਦੇਖੋ ਮੇਰੇ ਪਿੱਛੇ ਕਿੰਨੇ ਹੋ ਗਏ, 9:45। ਇਹਦਾ ਟਾਈਮ ਵੀ ਆਪਣਾ ਪਿੱਛੇ ਆ, ਅਤੇ ਉਹ ਟਾਈਮ ਵੀ ਸਹੀ ਆਪਣਾ ਟਾਈਮ 9 ਵੱਜ ਗਏ। ਅਤੇ ਆਪਾਂ ਚਾਹ ਪਾਣੀ ਪੀ ਕੇ ਆਪਣਾ ਸੁਬਹ ਉੱਠ ਕੇ ਕਾੜਾ ਬਣਾਇਆ ਪੀਣ ਵਾਸਤੇ। ਅੱਜ ਆਦਾ ਅਜਵੈਣ ਲੌਂਗ ਇਲਾਇਚੀਆਂ ਸੌਂਫ ਅਦਰਕ ਸਾਰਾ ਕੁਛ ਰਗੜ ਕੇ ਪਾ ਕੇ ਵਧੀਆ ਘੈਂਡੀਆਂ ਕਾੜਾ ਬਣਾ ਕੇ ਨਾ ਗਲ ਦੇ ਵਿੱਚ, ਵੀ ਵਧੀਆ ਰਹੂ ਗਲ ਨੂੰ। ਅਤੇ ਹਲੇ ਵੀ ਮੇਰੀ ਆਵਾਜ਼ ਦੇਖੋ ਹਲੇ ਉੱਦਾਂ ਨਹੀਂ ਹੈਗੀ ਆ, ਜਦੋਂ ਸਵੇਰ ਉੱਠਦਾ ਉਦੋਂ ਇੱਕ ਵਾਰ ਤਾਂ ਬਿਲਕੁਲ ਸਰੀਰ ਲੋਅ ਐਨਰਜੀ ਫੀਲ ਕਰਦਾ ਹੈ, ਫਿਰ ਹੌਲੀ 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 ਜਿੱਦਾਂ ਅੱਖ ਖੁੱਲ੍ਹੀ ਜਾਂਦੀ ਹੈ ਰਾਤੀ ਉਦੋਂ ਸਰੀਰ 'ਚ ਐਨਰਜੀ ਪ੍ਰੋਵਾਈਡ ਹੋ ਜਾਂਦੀ ਹੈ। ਅਤੇ ਆਪਾਂ ਰੋਜ਼ ਜਿੱਦਾਂ ਆਪਣੀ ਦੁਕਾਨ 'ਤੇ ਪਹੁੰਚ ਕੇ ਆਪਣੇ ਦਿਨ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਆ, ਅਤੇ ਪਰਮਾਤਮਾ ਸਾਰਿਆਂ ਦਿਨ ਦੀ ਸ਼ੁਰੂਆਤ ਇੱਦਾਂ ਹੀ ਵਧੀਆ ਵਧੀਆ ਕਰਾਵੇ, ਅਤੇ ਆਪਣੇ ਕੰਮਾਂ ਕਾਰਾਂ 'ਤੇ ਸਾਰੇ ਉੱਠ ਕੇ ਜਾਣ ਜਿਹੜੇ ਮੇਰੇ ਇਟਲੀ ਵਿੱਚ ਰਹਿੰਦੇ ਆ। ਅਤੇ ਹੁਣ ਸਾਨੂੰ ਕੰਮ ਕਰ ਮਿਲਣ, ਸਾਰੇ ਕੰਮ ਕਰਨ ਅਤੇ ਮਿਹਨਤ ਕਰਨ, ਘਰੋਂ ਪਰਿਵਾਰ ਛੱਡ ਕੇ ਆਪਾਂ ਸਾਰੇ ਡਿਊ ਬੈਠੇ ਹਾਂ, ਅਤੇ ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ। ਅਤੇ ਆਪਾਂ ਦੇਖੋ ਦੁਕਾਨ 'ਤੇ ਪਹੁੰਚ ਗਏ ਆਪਣੀ, ਅਤੇ ਬੇਬੀ ਸਿਮਰਨਜੀਤ ਕੌਰ ਅਤੇ ਪੂਰੀ ਤਿਆਰ ਬਰ ਤਿਆਰ ਹੈ। ਹੁਣ ਕੀ ਕਰਨਾ, ਅੱਜ ਬਣਾਉਣਾ ਤਾਂ ਕੁਛ ਨਹੀਂ ਕਰਨਾ, ਸਾਡੀ ਅੱਜ ਜਿਹੜੀ ਸਵੇਰ ਦੀ ਤੋਰ ਹੈ ਉਹ ਥੋੜ੍ਹੀ ਜਿਹੀ ਛੋਟੀ ਆ, ਕਿਉਂਕਿ ਅਸੀਂ ਆਲਰੇਡੀ ਕੱਲ੍ਹ ਜਿਹੜੇ ਆਪਣੇ ਕਾਫੀ ਕੰਮ ਕਵਰ ਕਰ ਚੁੱਕੇ ਹਾਂ, ਅਤੇ ਅੱਜ ਆਪਾਂ ਜਿਹੜਾ ਆਪਣਾ ਨੋਰਮਲ ਕੰਮ ਹੁੰਦਾ ਆਪਣੀ ਸ਼ਾਮ ਦੀ ਰੂਟੀਨ ਦੀ ਤਿਆਰੀ ਹੁੰਦੀ ਆ, ਬਸ ਆਪਾਂ ਨੇ ਉਹੀ ਕਰਨੀ ਆ। ਅਤੇ ਫਿਰ ਅੱਜ ਮੇਰੇ ਮੰਮੀ ਡੈਡੀ ਉਹਨਾਂ ਨੇ ਜਾਣਾ ਹੈ ਸਿਸਟਰ ਦੇ ਕੋਲ, ਕੁਲਵੀਰ ਉਹਨਾਂ ਦੇ ਕੋਲ ਵਨੀਸ਼ੀਆ ਨੂੰ, ਅਤੇ ਬਾਅਦ 'ਚ ਆਪਾਂ ਉਹਨਾਂ ਨੂੰ ਵੀ ਡਰੋਪ ਕਰਨ ਵਾਸਤੇ ਜਾਣਾ। ਅਤੇ ਹੁਣ ਉਹ ਆਪਣਾ ਤਿਆਰ ਸ਼ਿਆਰ ਹੋ ਰਹੇ ਨੇ ਘਰ, ਕੱਪੜੇ ਕੁੱਪੜੇ ਪੈਕ ਕਰਦੇ ਹਾਂ, ਅਤੇ ਉਹਨਾਂ ਚਿਰ ਆਪਾਂ ਫਟਾਫਟ ਜਿੰਨਾ ਚਿਰ ਉਹ ਕੱਪੜੇ ਕੁੱਪੜੇ ਪੈਕ ਕਰਦੇ ਹਾਂ ਉਹਨਾਂ ਚਿਰ ਆਪਾਂ ਆਪਣਾ ਕੰਮ ਕਰ ਫਟਾਫਟ ਨਿਬੇੜਦੇ ਹਾਂ। ਅਤੇ ਸਭ ਤੋਂ ਪਹਿਲਾਂ ਸ਼ਮਾ ਮੈਂ ਜਾ ਕੇ ਲੈ ਕੇ ਆਉਂਦਾ ਉੱਧਰੋਂ ਮੈਗਜ਼ੀਨ ਤੋਂ ਆਟੇ ਥੈਲਾ, ਠੀਕ ਨਹੀਂ? ਅਤੇ ਆਪਾਂ ਚੱਲਦੇ ਮੇਰੇ ਤੋਂ ਲੈਣ ਵਾਸਤੇ ਮੈਗਜ਼ੀਨ 'ਚੋਂ ਆਟੇ ਥੈਲਾ, ਅਤੇ ਨਾਲੇ ਲੰਘਦੇ ਲੰਘਦੇ ਲਿਆਵਾਂਗੇ ਆਪਾਂ ਜਮਣੀਆਂ ਬੀਰਾਂ ਜਿਹੜੀ ਕਿਹੜੀ ਲੱਗਣ ਵਾਲੀਆਂ ਵੀ, ਕੱਲ੍ਹ ਕੰਮ ਕਾਫੀ ਸੀਗਾ ਸਾਡੇ ਟੇਬਲਾਂ ਟੂਬਲਾਂ ਦਾ, ਅਤੇ ਬੀਰਾਂ ਕਾਫੀ ਜ਼ਿਆਦਾ ਲੱਗੀਆਂ ਆਪਣੀਆਂ, ਜਿਵੇਂ ਹੈਨਕਨ ਵੀ ਆਉਣੇ ਵਾਲੀ ਆ, ਅਤੇ ਪਰੂਨੀ ਆਉਣੇ ਵਾਲੀ ਆ, ਅਤੇ ਟੈਨਸ ਵੀ ਆਉਣੇ ਵਾਲੀ ਆ, ਅਤੇ ਇੱਧਰ ਟੁੱਕਲਾ ਵਗੈਰਾ ਕੀ ਹਿਸਾਬ ਤਾਂ ਹੈ ਕੋਲਾ ਵੀ ਲਿਆਵਾਂਗੇ। ਤਾਂ ਮੁੜ ਕੇ ਆਪਾਂ ਨੂੰ ਫਿਰ ਮੈਗਜ਼ੀਨ ਜਾਣ ਦਾ ਕਿਹੜਾ ਨਹੀਂ ਬਚੂਗਾ, ਆਪਾਂ ਹੁਣ ਇੱਕ ਪਿੰਡ ਦੇ ਵਿੱਚ ਆਪਣੇ ਸਾਰੇ ਕੰਮ ਮੈਗਜ਼ੀਨ ਦੇ ਨਿਬੜੇ ਆਉਣੇ, ਠੀਕ ਹੈ? ਅਤੇ ਸ਼ਮਾ ਤੂੰ ਕਰ ਲਾ ਪਹਿਲਾਂ ਪਹਿਲਾਂ ਬਾਹਰ ਸਾਫ਼ ਕਰਨੀ, ਠੀਕ ਨਹੀਂ? ਬਾਅਦ 'ਚ ਅੰਦਰ ਕਰੂੰਗਾ ਮੈਂ, ਠੀਕ ਹੈ? ਓਕੇ। ਅਤੇ ਮੌਸਮ ਦੇ ਵਿੱਚ ਮਿੱਤਰੋ ਅੱਜ ਦੁਬਾਰਾ ਫਿਰ ਗਰਮਾਈ ਆ ਗਈ, 22 ਡਿਗਰੀ ਟੈਂਪਰੇਚਰ ਹੋ ਗਿਆ। ਫਾਈਨਲੀ ਮਿੱਤਰੋ ਲਦਲ ਆਪਾਂ ਸਮਾਂ ਜਿਹੜਾ ਆਪਾਂ ਚਾਹੀਦਾ ਸੀਗਾ। ਅਤੇ ਹੁਣ ਟਾਈਮ ਮਿੱਤਰੋ 10:30 ਹੋ ਗਏ, 10:20 ਹੋ ਗਏ, ਅੱਜ ਆਪਣੇ ਆਪਣਾ ਕੰਮ ਸਮੇਂ ਦੇ ਨਾਲੇ ਸੰਪੂਰਨ ਕਰਤਾ, ਕੋਈ ਕੰਮ ਘੱਟ ਸੀ ਕਰਨ ਵਾਲਾ, ਅਤੇ ਨਿਬੇੜਤਾ ਆਪਾਂ ਜ਼ੋਰ ਲਾ ਕੇ, ਅਤੇ ਹੁਣ ਮਸਾ ਰਹਿ ਗਿਆ ਮਾੜਾ ਮੋਟਾ ਕਰਕੇ ਕਰਦੇ ਹਾਂ, ਚੱਲਦੇ ਘਰ ਨੂੰ, ਅਤੇ ਉੱਥੇ ਮੰਮੀ ਡੈਡੀ ਨੂੰ ਵੀ ਤਿਆਰ ਹੋ ਗਏ ਹੋਣੇ ਹੈ ਨਾ, ਅਤੇ ਉਹਨਾਂ ਨੂੰ ਵੀ ਆਪਾਂ ਜਾ ਕੇ ਸਟੇਸ਼ਨ ਤੱਕ ਛੱਡ ਕੇ ਆਉਣਾ ਜਾ ਕੇ, ਅਤੇ ਚੱਲੀ ਜਾਓ ਆਓ ਚੱਲੀ। ਕਰ ਲਈ ਤਿਆਰੀ? ਹਾਂ। ਆ ਕੀ ਬਣ ਲੱਗੀ ਤੂੰ? ਪਰੌਂਠੇ ਨਾਲ ਲੈ ਜਾਣ ਵਾਸਤੇ? ਰਸਤੇ ਵਾਸਤੇ। ਅੱਛਾ, ਮਿੱਤਰੋ ਪਰੌਂਠੇ ਮੰਮੀ ਦਿਖਾਈ, ਖੋਲੀ ਖੋਲੀ ਮਾੜੇ ਜਾ, ਸਫ਼ਰ ਹੈਗਾ 5-6 ਘੰਟੇ ਦਾ, ਅਤੇ 5-6 ਘੰਟੇ ਸਫ਼ਰ ਕਰਕੇ ਨਾ ਮੰਮੀ ਤੁਹਾਨੂੰ ਪਤਾ ਬਾਹਰ ਦਾ ਘੱਟ ਖਾਣਾ ਪੀਣਾ ਪਸੰਦ ਕਰਦੀ ਹੈ, ਪਰੌਂਠੇ ਆਪਣੇ ਨਾਲੇ ਬੰਨ ਕੇ ਲੈ ਜਾਈ, ਰਸਤੇ ਜਾ ਕੇ ਜਿੱਥੇ ਟ੍ਰੇਨ ਰੁਕੀ ਉੱਥੇ ਖਾ ਲੈਣੇ ਆਪਣੇ, ਹੈ ਨਾ? ਲੈ ਮੈਂ ਵੀ ਕਰੂੰਗਾ ਤਿਆਰ ਫਿਰ। ਬਾਈ ਮਿੱਤਰੋ ਫਾਈਨਲੀ ਪਹੁੰਚ ਗਏ ਆਪਾਂ ਰੇਲਵੇ ਸਟੇਸ਼ਨ 'ਤੇ, ਮੰਮੀ ਚੱਲਿਆ ਕੁਲਵੀਰ ਕੋਲ ਨੂੰ, ਠੀਕ ਹੈ? ਮਿਲ ਜਾਏ ਜੀ, ਮੇਰੇ ਕੋਲ ਪੁੱਜਾ ਕਰੋ ਜੀ, ਠੀਕ? ਚੰਗਾ, ਸਤਿ ਸ਼੍ਰੀ ਅਕਾਲ ਜੀ। ਹਾਂ ਜਾ ਕੇ ਫੋਨ ਲਿਆ, ਠੀਕ ਹੈ? ਕੁਲਵੀਰ ਸਤਿ ਸ਼੍ਰੀ ਅਕਾਲ, ਮੇਰੇ ਕੋਲ ਨਿਆਣਿਆਂ ਦੀ ਪਿਆਰ, ਠੀਕ ਹੈ? ਕਿੰਨੇ ਵਜੇ ਟ੍ਰੇਨ ਹੈ? 12 ਇਹ ਆ, ਇਹ ਤਾਂ ਪਸਾਉਣੇ ਵਾਲੀ ਵਾ ਨਾ, 11 ਵਜੇ ਆਉਣੀ। ਹਾਂ ਚਲੋ ਠੀਕ ਹੈ ਜੀ, ਓਕੇ ਸਤਿ ਸ਼੍ਰੀ ਅਕਾਲ, ਓਕੇ ਜੀ, ਚੰਗਾ ਮਾ, ਓਕੇ ਸਤਿ ਸ਼੍ਰੀ ਅਕਾਲ। ਲਓ ਵੀ ਇੱਕ ਵਾਰੀ ਪਹਿਲਾਂ ਆਪਾਂ ਆਪਣੀ ਗੱਡੀ ਦੇ ਵਿੱਚ ਪਾ ਲਈਏ ਡੀਜ਼ਲ, ਇੱਥੇ ਤੇਲ ਸਸਤਾ ਬਹੁਤ ਲੱਗਿਆ ਮਿੱਤਰ, ਦੇਖੋ ਇੱਧਰ 1 ਯੂਰੋ ਅਤੇ 69 ਸੈਂਟ ਦਾ ਲੱਗਿਆ ਹੋਇਆ,
ਡੀਜ਼ਲ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਦਾ ਲਗਭਗ ਡੀਜ਼ਲ ਸਸਤਾ ਹੀ ਹੁੰਦਾ। ਚਾ ਕਮਲ ਤੋਂ ਭੈਣੇ ਮੇਥੀ ਮੇ ਚਿੰਕੁਨ ਤੈਰੋ ਪਰਫੋਰੇ। ਕਰਤਾ ਦਾਦਾ ਕਰਤਾ ਜਦੇ ਬਿਨ ਸਰੀਰੇ ਲਿਆਓ ਦਾਦਾ ਆਪਕਾ ਪਿੰਡ ਡਾਲ ਦੀਏ। ਇੱਕੋ ਦਾਦਾ ਓਕੇ ਹੋ ਗਿਆ ਗਰਾਸੀ ਮੀਲੇ ਲਾਈ ਮੈਂ ਤੁਹਾਨੂੰ ਪਿਆਰੇ ਤੇਲ ਦੇ ਨਾਲ ਗੱਡੀ ਦੀ ਟੈਂਕੀ ਆਪਣੀ ਦੀ ਹੋ ਗਈ ਆ। ਦੇਖੋ ਅੱਧ ਟੱਪ ਗਈ ਉੱਪਰ, ਹੁਣ ਆਪਾਂ ਇਹਨੂੰ ਦੱਬਦਾ ਨਹੀਂ ਇੱਥੋਂ ਆਹ ਵਾਲਾ ਜਿਹੜਾ ਇਹਦਾ ਬਟਨ ਹੈ ਫਿਰ ਦੇਖੋ ਜੀਰੋ ਹੋ ਗਿਆ, ਹੁਣ ਆਹ ਜੀਰੋ ਹੈ। ਦੱਸੂ ਆਪਾਂ ਨੂੰ ਵੀ 50 ਜੀਰੋ ਤੇਲ ਦੇ ਵਿੱਚ ਆਪਾਂ ਕਿੰਨੇ ਕਿਲੋਮੀਟਰ ਕੱਢੇ ਹਾਂ, ਅਤੇ ਦੱਸਦੀ ਹੈ ਵੀ 633 ਕਿਲੋਮੀਟਰ ਗੱਡੀ ਕੱਢੂਗੀ। ਦੇਖੋ ਅੱਧ ਤੋਂ ਉੱਪਰ ਗਈ ਵੀ ਆ, ਜੇ ਆਪਾਂ ਟੈਂਕੀ ਫੁੱਲ ਕਰਾਉਣਾ ਤਾਂ 1000 ਕਿਲੋਮੀਟਰ ਗੱਡੀ ਕੱਢਦੀ ਹੈ, ਐਵਰੇਜ ਗੱਡੀ ਦੀ ਬਹੁਤ ਹੈ ਇਹਦੀ। ਅਤੇ ਹੁਣ ਮੈਂ ਤੁਰ ਪਹੁੰਚ ਗਿਆ, ਆਪਾਂ ਇੱਥੋਂ ਲੈ ਕੇ ਜਾਣਾ ਆਪਣੇ ਕਰਤੋਨ ਆਪਣੇ ਪੀਸੇ ਵਾਸਤੇ। ਤਾਂ ਦੇਖੋ ਇੱਧਰ ਬਾਹਰ ਇਹਨਾਂ ਪੂਰਾ ਜਿਵੇਂ ਜੰਗਲਾਂ ਦੇ ਵਿੱਚ ਆ ਕੇ ਇਹਨਾਂ ਨੇ ਬਣਾਇਆ ਆਪਣਾ ਮੈਗਜ਼ੀਨ, ਇੱਥੋਂ ਕਰਤੋਨ ਲੈਂਦੇ ਹਾਂ। ਆਲਦਾ ਸਾਰਾ ਜਿਹੜਾ ਰਸਤਾ ਇੱਦਾਂ ਸਰਕਟ ਖੜ੍ਹੇ ਆ, ਇੱਦਾਂ ਖੜ੍ਹਾ, ਐਨ ਜਿਹੜੀ ਫੀਲਿੰਗ ਆਉਂਦੀ ਹੈ ਪੂਰੀ ਆਉਂਦੀ ਹੈ, ਐਨ ਪੰਜਾਬ ਵਾਲੀ ਨਹੀਂ ਜਿਵੇਂ ਸਿਖਰ ਦੁਪਹਿਰੇ ਉੱਧਰ ਜੇ ਠੰਡ ਦਾ ਮਹੀਨਾ ਚੱਲ ਪੈਂਦਾ ਅਤੇ ਉੱਧਰ ਸੁਣੋ ਸਰਾਂ, ਅਤੇ ਉੱਦਾਂ ਦੀ ਫੀਲਿੰਗ ਆਉਂਦੀ ਜਿਵੇਂ ਅਤੇ ਗੱਡੀ ਆਪਾਂ ਨੇ ਅੰਦਰੇ ਵੜਦੀ, ਗੇਟ ਖੁੱਲ੍ਹਾ ਹੀ ਸੀ ਇਹਨਾਂ ਦਾ। ਲਓ ਮੈਂ ਤੁਹਾਨੂੰ ਫਾਈਨਲੀ ਆਪਾਂ ਨੇ ਕਰਤੋਨ ਵੀ ਲੈ ਲਏ, 5 ਆਪਾਂ ਕਰਤੋਨ ਲੈਤੇ ਹਾਂ, ਅਤੇ ਇੱਕ ਤਾਂ ਆਪਾਂ ਨੇ ਆਪਣਾ ਕਰਤਾ ਕੁਚੀਨਾ ਹੈਗਾ ਸੀ ਇਸੇ ਬੋਲੇ ਤੇ ਵਧੇਰੇ ਉਹ ਹੈਗਾ ਸੁ ਕੇ ਗ੍ਰਾਂ ਦੇ ਲਾ ਦੋਰੇ ਐਤੀ ਸਿਆਨ ਹੋ ਗਏ ਵੀ ਚਾ ਬਸ। ਹੁਣ ਦੇਖੋ ਰਸਤਾ ਮਿੱਤਰੋ, ਐਨ ਲੱਗਦਾ ਨਾ ਜਿੱਦਾਂ ਆਪਣਾ ਪਿੰਡਾਂ ਦਾ ਆਪਾਂ ਨਹਿਰ ਦੇ ਕੰਢੇ ਕੰਢੇ ਜਾਂਦੇ ਹੁੰਦੇ ਹਾਂ, ਐਨ ਉੱਦਾਂ ਲਾ ਇੱਧਰ ਵੀ ਜਦੋਂ ਖੇਤ ਪਏ ਆ ਅਤੇ ਇੱਧਰ ਵੀ ਆ ਸਾਰੇ ਝਾੜ ਝੁੰਡ, ਇੱਥੇ ਜਾ ਕੇ ਐਨ ਰੋਡ ਤੋਂ ਪੂਰਾ ਹਟਵਾ ਜਾ ਕੇ ਨਹੀਂ ਬਣਾਇਆ ਪਿਆ ਆਪਣਾ ਗਰਾਜ। ਅਤੇ ਹੁਣ ਮਿੱਤਰੋ ਆਪਾਂ ਪਹੁੰਚ ਗਏ ਸੀਗੇ ਆਪਣੀ ਮਾਰਕੀਟ ਐਰੋਸਪੇਨ ਦੇ ਵਿੱਚ, ਇੱਥੋਂ ਲਵਾਂਗੇ ਆਪਾਂ ਥੋੜ੍ਹਾ ਜਿਹਾ ਸਮਾਨ ਆਪਣੇ ਪਿੱਛੇ ਰੱਜ। ਫਾਈਨਲੀ ਮੇਰੇ ਤੋਂ ਸਮਾਨ ਆਪਾਂ ਲੈ ਲਿਆ, ਆਪਾਂ ਦੁੱਧ ਅਤੇ ਆਂਡੇ ਬੁਫਲਾ ਪਤਾ ਨਹੀਂ ਖਰੀਦਤੇ ਗੁਰਗੁੰਸੋਲਾ ਚੌਲ ਘਰ ਵਾਸਤੇ, ਅਤੇ ਨਾਲ ਨਾਲ ਅਤੇ ਆਪਣੇ ਮੱਛਰਾਂ ਵਾਸਤੇ ਸਪਰੇ ਮਤਲਬ ਇਹਦੇ ਕੰਮ ਕਰਨਾ ਪਲੱਗ 'ਚ ਲੱਗਣਾ ਮੱਛਰ ਭਗਾਓ। ਲਓ ਵੀ ਗੱਡੀ ਸਮਾਨ ਫਾਈਨਲ ਲੱਗੀ ਆਪਾਂ ਆਪਣਾ ਪਤਾ ਤਾਂ ਖਰੀਦਤੇ, ਜਗ੍ਹਾ ਤਾਂ ਪਹਿਲੇ ਨਹੀਂ ਗੱਡੀ ਸੀਗੀ, ਫਿਰ ਇਕੱਠਾ ਬੰਨ੍ਹਦੇ ਕਿਤੇ ਖੁੱਲ੍ਹਦਾ ਫਿਰ ਬਾਅਦ 'ਚ। ਅਤੇ ਟਾਈਮ ਹੁਣ 1:30 ਵੱਜ ਗਿਆ ਮਿੱਤਰੋ ਦੁਪਹਿਰ ਦਾ, ਸੋਚਿਆ ਸੀਗਾ ਮੈਂ ਕਿਹਾ ਚੱਲ ਕੁਸ਼ਾਨ ਨੇ ਸਕੂਲ ਕੋਲ ਨਿਕਲਣ ਲੱਗਿਆ ਮੈਂ ਵੀ ਚੱਲ ਜਾਣ ਲੱਗਿਆ ਬਿਠਾਲ ਕੇ ਲੈ ਜਾਊਂਗਾ ਉਹਨੂੰ ਵੀ ਛੁੱਟੀ ਹੋਣੇ ਵਾਲੀ ਹੋਣੀ ਆ, ਪਰ ਅੱਧਾ ਘੰਟਾ ਪਿਆ ਹਾਲੇ, ਅੱਧਾ ਘੰਟਾ ਯਾਰ ਕਾਫੀ ਜ਼ਿਆਦਾ ਹੋ ਜਾਂਦਾ ਬਾਹਰ ਵੇਟ ਕਰਨੀ ਜ਼ਿਆਦਾ ਹੋ ਜਾਂਦੀ ਆ, ਅਤੇ ਆਪਾਂ ਚੱਲਦੇ ਘਰ ਜਾ ਕੇ ਰੋਟੀ ਪਾਣੀ ਖਾ ਕੇ ਫਿਰ ਆ ਕੇ ਬਾਅਦ 'ਚ ਆ ਕੇ ਲੈ ਕੇ ਜਾਊਂਗਾ ਕੁਸ਼ਾਨ ਨੂੰ। ਲਓ ਫਾਈਨਲੀ ਪਹੁੰਚ ਗਏ ਮਿੱਤਰੋ ਘਰ ਆਪਾਂ, ਆਹ ਸਮਾਨ ਜਿਹੜਾ ਆਪਾਂ ਚੱਕ ਲੈਂਦੇ ਹਾਂ, ਬਾਕੀ ਕਰਤੋਨ ਉਤਾਰ ਲਾਂਗੇ ਬਾਅਦ ਵਿੱਚ। ਆ ਗਏ ਬੱਲੇ, ਸਮਾਨ ਵੀ ਸਾਰਾ ਘਰੇ ਚੱਕ ਲਿਆ ਸਮਾਨ, ਮੈਂ ਕਿਹਾ ਦੁਕਾਨ ਚਾਬੀ ਕਿਤੇ ਚੱਕਦੇ ਫਿਰ ਕੱਲੇ ਗਏ, ਇਹ ਸਮਾਨ ਸਾਰਾ ਰੱਖ ਕੇ ਸੱਜੀ ਚੱਕੀ ਅਤੇ ਬਾਕੀ ਕਰਤੋਨ ਵਗੈਰਾ ਗੱਡੀ ਮੈਂ ਬਾਅਦ 'ਚ ਚੱਕਦੇ। ਰੋਟੀ ਖਾਣ ਨੂੰ ਕੀ ਬਣਾਇਆ ਜੀ? ਖਾਣ ਬਣਾਈ ਹੈ ਮੂੰਗੀ ਦੀ ਦਾਲ ਜੀ। ਸ਼ਾਬਾਸ਼, ਪਰ ਆਪਾਂ ਖਵਾ ਕੇ ਚੂਹੇ ਡੱਡਦੇ ਵੀ ਜਿਵੇਂ ਛਾਲਾਂ ਮਾਰਦੇ ਫਿਰਦੇ ਆ, ਕੋਈ ਇਧਰ ਵੀ ਆਉਂਦਾ ਕੋਈ ਤੁਸੀਂ ਐਰੋਸਪੇਨ ਖੜ ਗਏ ਹੋਣੇ ਆ ਹਨਾ? ਉਹ ਤੇ ਇਸ ਵਾਲੀ ਨਹੀਂ ਐਰੋਸਪੇਨ ਤੇ। ਅੱਛਾ ਫਿਰ ਤੁਸੀਂ ਮੈਨੂੰ ਦੱਸਤਾ ਦਿੰਦੇ ਜੀ, ਮੈਂ ਰੋਟੀ ਵੀ ਬਣਾ। ਮੈਂ ਤਾਂ ਫੋਨ ਕਰ ਦਊਂ, ਮੈਂ ਚੱਲ ਕੋਈ ਨਹੀਂ, ਮੈਂ 5 ਮਿੰਟ ਲੱਗਣੇ ਆ, ਮੈਂ ਘਰ ਚਲੀ ਜਾਣਾ। ਠੀਕ ਹੈ। ਸ਼ਾਮ ਨੂੰ ਮਿਲ ਲਿਖਣ ਲੱਗਾ ਸੀਗਾ, ਮੈਂ ਕਿਹਾ ਅੱਧਾ ਘੰਟਾ ਕਿੱਥੇ ਵੇਟ ਕਰੂੰਗਾ, ਟਾਈਮ ਲੈ ਜਾਣਾ, ਰੋਟੀ ਖਾ ਕੇ ਬਾਅਦ ਚ ਲੈ ਕੇ ਜਾਊਂਗਾ, ਬਾਅਦ ਚ ਸਮਾਨ ਸਾਰੇ ਮੈਂ ਲਾਹ ਜਾਊਂਗਾ। ਓਕੇ ਜੀ, ਪਾ ਲੱਗੇ ਫਟਾਫਟ ਵਾਲਾ ਬਣ। ਓਕੇ।
ਫਾਈਨਲੀ ਮਿੱਤਰੋ ਰੋਟੀ ਪਾਣੀ ਖਾ ਲਿਆ ਆਪਾਂ ਨੇ ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਗੁਰਸ਼ਾਨ ਸਿੰਘ ਸਕੂਲ ਤੋਂ ਰਹਿਣ ਵਾਸਤੇ। ਟਾਈਮ ਦੇਖੋ ਤੁਸੀਂ, ਮਿੰਟ 5 ਰਹਿ ਗਏ ਸਕੂਲ ਛੁੱਟੀ ਹੋਣ ਤੋਂ। ਹਾਂ ਬਾਈ, ਕਿੱਦਾਂ ਹੈ ਪੁੱਤਰੀ? ਉਹ ਗੁਰਸ਼ਾਨ ਸਿੰਘ ਨੂੰ ਲੈ ਕੇ ਚੱਲਿਆ ਮੈਂ, ਜਾਣਾ ਮੈਂ। ਕਿਹਨੇ ਜਾਣਾ ਮੇਰੇ ਨਾਲ ਬਾਈ? ਉਹ ਕਿਹਨੇ ਜਾਣਾ ਮੇਰੇ ਨਾਲ ਬਾਈ? ਇਹ ਦੇਖ ਕੇ ਮਸਤੀ ਆ ਨਹੀਂ ਆ ਜਾਂਦਾ ਇਹਨੇ ਕੋਲ ਜਾਣਾ। ਫਿਰ ਤਾਂ ਇਹ ਬਹੁਤ ਘੈਂਟ ਘੈਂਟ ਆਵਾਜ਼ਾਂ ਕੱਢਦੇ ਆ, ਬਹੁਤ ਸੋਹਣੀ ਸੋਹਣੀ ਆਵਾਜ਼ਾਂ ਕੱਢਦੀਆਂ। ਆ ਜਾ ਵੀ, ਆ ਜਾ ਪੁੱਤਰੀ, ਆ ਜਾ। ਇਹ ਪਾਪਾ ਦੀ ਪੁੱਤਰੀ ਏ। ਆ ਗਿਆ, ਆ ਗਿਆ ਸ਼ਾਨਵੀਰ, ਆ ਗਿਆ। ਹਾਏ ਹਾਏ ਹਾਏ। ਮੰਮੀ ਡੈਡੀ ਚਲੇ ਗਏ ਉਧਰ ਕਲਵੀ ਕੋਲ, ਦੀਦੀ ਕੋਲ, ਪਤਾ ਨਹੀਂ ਪੂਜੀ ਕੋਲ ਨੂੰ ਪਤਾ ਹੈ। ਆਈ ਤੂੰ ਹੁਣ ਜਾ ਕੇ ਫੋਨ ਕਰ ਲਈ। ਠੀਕ ਹੈ। ਹੋਰ ਪੁੱਤ ਵੀ ਕਿਵੇਂ ਨੇਗੇ ਤੇਰਾ ਦਿਹਾੜਾ? ਜਦਾ ਵਧੀਆ ਹੈ, ਵਧੀਆ ਰਿਹਾ ਦਿਨ? ਗਰਮੀ ਹੋ ਗਈ ਨਾ ਅੱਜ। ਮੈਂ ਤੇਰੇ ਵਾਸਤੇ ਲਿਆਉਂਦੀ ਆ ਸਪਰੇ ਮੱਛਰ ਵਾਲੀ। ਮੈਂ ਤਾਂ ਗੁਰਸ਼ਾਨ ਵੀ ਦਾ ਰਾਤ ਵਿੱਚ ਸੌਂਦਾ ਯਾਰ, ਮੱਛਰ ਬਹੁਤ ਲੜਦਾ ਵੀ, ਇਹਦਾ ਖੂਨ ਬਹੁਤ ਹੀ ਮਿੱਠਾ ਹੈ ਗੁਰਸ਼ਾਨ ਦਾ। ਸਾਡੇ ਕਹਿ ਦਿੰਦੇ ਕਹਾਵਤ ਹੈ ਮਾਲਵੇ ਦੇ ਵਿੱਚ, ਕਹਿੰਦੇ ਵੀ ਜਦੋਂ ਮੱਛਰ ਲੜਦੇ ਨੇ ਮਤਲਬ ਵੀ ਬੰਦੇ ਦਾ ਖੂਨ ਬਹੁਤ ਮਿੱਠਾ ਹੈ ਨਾ। ਸ਼ਾਨ ਦਾ ਖੂਨ ਇੰਨਾ ਮਿੱਠਾ ਵੀ ਇਹਦੇ ਮੱਛਰ ਬਹੁਤ ਲੜਦੇ। ਅੱਜ ਆਪਾਂ ਲਿਆਉਂਦੀ ਇਹਦੇ ਵਾਸਤੇ ਸਪਰੇ, ਸਪਰੇ ਵੀ ਲਿਆਉਂਦੀ ਆ ਅਤੇ ਕੋਈ ਮਿਲਦੀ ਟਿਊਬ, ਜੇ ਫਿਰ ਵੀ ਆਰਾਮ ਨਾਲ ਆਇਆ ਫਿਰ ਕਰੀਮ ਲਾ ਲਈ, ਲਾ ਕੇ ਆਪਣਾ ਐਨ ਸੌਂ ਗਿਆ ਆਰਾਮ ਨਾਲ, ਫਿਰ ਨਹੀਂ ਮੱਛਰ ਨੇੜੇ ਆਉਂਦੇ ਜਮੇ। ਠੀਕ ਹੈ, ਮਿੱਠਾ ਕਰੀਮ ਕੌੜੀ, ਖੂਨ ਮਿੱਠਾ ਕਰੀਮ ਕੌੜੀ, ਹਾਂ ਤਾਂ ਹੀ ਮੱਛਰ ਨੇੜੇ ਨਹੀਂ ਆਉਂਦਾ ਹੈਗਾ। ਲਓ ਵੀ ਗੁਰਸ਼ਾਨ ਸਿੰਘ ਆ ਗਿਆ, ਮੁੰਡੇ ਨੂੰ ਪਿਲਾਓ ਘੁੱਟ ਪਾਣੀ ਦਾ, ਥੱਕ ਗਿਆ ਪੁੱਤਰ ਮੇਰਾ। ਮੁੰਡੇ ਪਿਲਾਓ ਘੁੱਟ ਪਾਣੀ ਦਾ, ਫਿਰ ਖਿਲਾਓ ਰੋਟੀ ਮੁੰਡੇ ਨੂੰ, ਫਿਰ ਮੁੰਡੇ ਨੇ ਬਣਾਉਣੀ ਆ, ਫਿਰ ਮੁੰਡੇ ਨੇ ਬਣਾਉਣੀ ਆ। ਕਿਆ ਬਣਾਉਣੀ ਅੱਜ? ਹੈਂ ਬਣਾਉਣਾ ਨਾ ਅੱਜ ਕੁਛ ਵੀ? ਕਹਤੇ ਥੱਕ ਗਿਆ ਕਹਿ ਲਓ, ਤੁਸੀਂ ਟਾਈਮ ਬਹੁਤ ਲੱਗਦਾ ਨਾ, 2 ਘੰਟੇ ਲਾ ਜਾਂਦੇ ਬਣਾਉਣ ਵਾਸਤੇ। ਜਿਹੜੀ ਇਹ ਬਣਾਉਣ ਲੱਗਿਆ ਸ਼ਰਦਾ ਹੀ ਹੁੰਦੀ ਕੁਛ ਨੂੰ, ਸ਼ਰਦਾ ਹੀ ਬਣਾਉਣ ਪੂਰੇ 2 ਘੰਟੇ ਲਾ ਰਹੇ ਕੁਛ ਨੂੰ। ਇੱਕ ਤਾਂ ਸਮਾਨ ਛੋਟਾ ਇਹਦੇ ਕੋਲ, ਆਪਣੀ ਜਿਹੜੀ ਕੁੰਡੀ ਆ ਉਹ ਛੋਟੀ ਆ, ਅਤੇ ਟਾਈਮ ਤਾਂ ਫਿਰ ਲੱਗਦਾ ਹੀ ਆ, ਫਿਰ ਥੱਕ ਜਾਂਦੀ ਪੁੱਤਰੀ ਮੇਰੀ, ਫਿਰ ਪੁੱਤਰੀ ਮੇਰੀ ਥੱਕ ਜਾਂਦੀ ਆ। ਪਾਪਾ ਕੋਲ ਆ ਜਾ, ਆ ਜਾ ਪਾਪਾ ਕੋਲ, ਫਿਰ ਖੋਲਦੇ ਆ। ਗਰਮੀ ਆ ਰਹੀ ਬਾਈ ਯਾਰ, ਕਿੱਥੇ ਗਰਮੀ ਆ ਰਹੀ ਆ? ਲੈ ਮੈਂ ਸਿਖਾਵਾਂ ਗਰਮੀ, ਲੈ ਫੁੱਕਾ ਮਾਰਾ, ਲੈ ਫੁੱਕਾ ਮਾਰਾ, ਫਿਰ ਉਹ ਸਿਖਾ ਦਿੰਦੇ ਆ ਗਰਮੀ, ਤੇਰੀ ਤੇਰੀ ਗਰਮੀ ਸਿਖਾ ਦਿੰਦੇ ਆ। ਲੈ ਪਾਣੀ ਪੀ ਫਿਰ ਪਾਪਾ ਦਾ, ਲੈ ਉੱਠ ਬੱਚੇ, ਪਾਣੀ ਬਹੁਤ ਖੜਾ, ਪੁੱਤ ਉੱਠ, ਬੈਠ ਕੇ ਪੀਣਾ, ਬੈਠੋ ਪਹਿਲਾਂ, ਪਹਿਲਾਂ ਬੈਠੇ ਹੋ, ਹੁਣ ਪੀਓ ਪਾਣੀ। ਸਟੰਟ ਕੀ ਕਰਨਾ? ਲੈ ਲੈ ਸਟੰਟ ਪੂਰਾ ਹੋ ਗਿਆ, ਤੈਨੂੰ ਥਿਆ ਲੱਗੀ ਵੀ ਉੱਠ ਗਰਮੀ ਆ, ਉਹ ਪਾਣੀ ਪੀ। ਮੈਨੂੰ ਪਤਾ ਤੈਨੂੰ ਕਿਹਾ ਕਿ ਸਵੇਰ ਤਾਂ ਕਿੰਨਾ ਪਾਣੀ ਪੀਤਾ ਅੱਜ? ਛੋਟੀ ਤੇ ਬੜੀ ਛੋਟੀ ਜਿਹੜੀ ਲੱਗਿਆ ਸਕੂਲ ਨਾਲ, ਹੈ ਨਾ, ਇਹ ਅੱਧੀ ਪੀਤੀ ਆ, ਇਹ ਘੱਟ ਪੀਤਾ, ਪੁੱਤ ਪਾਣੀ ਵੱਧ ਪੀਏ ਕਰ। ਉਹੀ ਤਾਂ ਕਹਿੰਦੇ ਪਾਣੀ ਬੇਸ਼ਕ ਕਹਿੰਦੇ ਪੀਓ, ਪਾਣੀ ਸਵਾਦ ਨਹੀਂ ਹੁੰਦਾ ਪਰ ਪਾਣੀ ਲੋੜ ਆ ਆਪਣੀ, ਪੁੱਤ ਪਾਣੀ ਵੱਧ ਤੋਂ ਪਾਣੀ ਪੀਏ ਕਰ। ਪਤਾ ਕੀ ਲੱਗਿਆ, ਹੁਣ ਸਕੂਲ ਤੋਂ ਸਾਰੇ ਜਾਣਦੇ ਹੋਣੇ, ਪੜ੍ਹਾਈ ਧਿਆਨ ਹੁੰਦਾ ਤੇ ਦਿਮਾਗ 'ਚ ਨਹੀਂ ਆਉਂਦਾ, ਇਹ ਨਿਕਲ ਜਾਂਦਾ ਹੈਗਾ। ਅਸੀਂ ਮੰਮੀ ਪਾਪਾ ਬੈਠੇ ਨਹੀਂ ਹੈਗੇ ਧਿਆਨ ਦੇਣ ਵਾਸਤੇ, ਕੰਨ ਪਕੜੇ ਬਣਾ ਵੀ ਪਾਣੀ ਪੀਓ, ਅਸੀਂ ਹੀ ਕੰਮ ਵਾਸਤੇ ਪੁੱਤ ਧਿਆਨ ਦਵਾਉਣ ਵਾਸਤੇ, ਬੜਾ ਧਿਆਨ ਜਿਹੜਾ ਭੜਕਦਾ ਨਾ ਉਹ ਧਿਆਨ ਸਹੀ ਕਰਨ ਵਾਸਤੇ ਹੀ ਆ। ਲੈ ਪੁੱਤਰੀ ਇਹ ਸੈਂਡੀ, ਹੈਂ ਠੰਡੀ ਤਾਂ ਪਈ ਪੁੱਤ, ਹੁਣ ਗਰਮ ਗਰਮ
ਘੁੰਮਣ ਵਾਸਤੇ ਉਧਰ ਨੂੰ ਭੂਜੀ ਕੋਲ ਨੂੰ ਤੇ ਮੇਰਾ ਪੁੱਤ ਅੱਜ ਚੁੱਪ ਚੁੱਪ ਬੈਠਾ ਚੁੜੀ ਜੀ ਜੀ ਹੈ ਕਰ ਉੱਠ ਕੇ ਸਕੂਲ ਦਾ ਕੰਮ ਨੂੰ ਉੱਠ ਕੇ ਸਕੂਲ ਦਾ ਕੰਮ ਕਰਦਾ ਸੀਗਾ ਕਿਹੜਾ ਜਮਾਨਾ ਗਿਆ ਸਕੂਲ ਦਾ ਕੰਮ ਫੋਨਾਂ ਦੇ ਹੋਣ ਲੱਗ ਗਿਆ ਬਈ ਹੈ ਨਾ ਚਲੀ ਫਿਰ ਨਹਾ ਤੋਰਾ ਤੋਂ ਉੱਠ ਕੇ ਆਪਣਾ ਸ਼ਮਾ ਥੱਲੇ ਨੂੰ ਆਏ ਸੀਗਾ ਮੈਂ ਚੱਲਦਾ ਓਕੇ ਲਓ ਜੀ ਮਿੱਤਰੋ ਆਪਾਂ ਚੱਲਦੇ ਹਾਂ ਟਾਈਮ ਦੇਖੋ ਤੁਸੀਂ 5:15 ਹੋ ਗਏ ਅਤੇ ਆਪਣੀ ਸ਼ਾਮ ਦੀ ਤੋਰੋਂ ਦਾ ਟਾਈਮ ਹੋ ਗਿਆ ਚੱਲੀਏ ਪੱਟੀ ਵਾਲੀ ਅੱਗ ਉੱਗ ਕਰੀਏ ਆਪਣੇ ਕੰਮ ਕਾਰ ਸ਼ੁਰੂ ਹਾਂ ਬਈ ਕਿੱਦਾਂ ਬੱਚਿਓ ਇੱਧਰ ਦੇਖੋ ਮਿੱਤਰੋ ਇੱਧਰ ਆਪਣੀ ਆਪਾਂ ਆਪਣੀ ਫੂੰਗੀ ਨੂੰ ਕਰ ਰਹੇ ਹਾਂ ਕੱਦੂਕਸ ਇੱਦਾਂ ਫੂੰਗੀ ਲੈ ਕੇ ਸਾਫ਼ ਥੱਲੇ ਉਹ ਸਾਫ਼ ਕਰਕੇ ਜਿਹੜੇ ਥੱਲੇ ਹੁੰਦੇ ਆ ਸਾਫ਼ ਕਰਕੇ ਇੱਦਾਂ ਆਪਾਂ ਕੱਦੂਕਸ ਕਰਕੇ ਰੱਖ ਲੈਣੇ ਜਿਹੜੀ ਪੀਸੀ ਬਾਈ ਦੀ ਆ ਅਤੇ ਇੱਧਰ ਆਪਣੇ ਗੁਰਮੁਖ ਜ਼ੋਨ ਅਤੇ ਇੱਧਰ ਆਪਣੇ ਕੈਸੀਆਂ ਜੀ ਸ਼ਿਮਲਾ ਮਿਰਚਾਂ ਨੂੰ ਸਾਰੇ ਸਮਾਨ ਇੱਧਰ ਕੱਟ ਵੱਟ ਕਰਕੇ ਤਿਆਰੀ ਆਪਾਂ ਕਰ ਰਹੇ ਨਾਲੇ ਆਪਾਂ ਪੀ ਰਹੇ ਆਪਣੀ ਬਲੈਕ ਕੌਫੀ ਲੋਕੀ ਫੂੰਗੀ ਕੱਟਤੀ ਜ਼ੁਕੀਨੀ ਮੇਰਨਜ਼ਾ ਨੇ ਸ਼ਿਮਲਾ ਮਿਰਚ ਸਲਾਮੀ ਪਿਕਾਂਤ ਅਤੇ ਅੰਦੂਈਆ ਬਿਊਸਟਲ ਅਤੇ ਪੰਚੇਤਾ ਇਹ ਛੱਕ ਪਿਆਜ ਅਤੇ ਇਹਦੇ ਵਿੱਚ ਕੀ ਆ ਓਲੀ ਵਨੇਰੇ ਕੋਲ ਵੀ ਔਡਰ ਵੀ ਆ ਗਿਆ ਆਪਣਾ 8:45 ਦਾ ਆਪਾਂ ਨੇ ਤਾਂ ਔਡਰ ਨੂੰ ਅੱਗੇ ਪਿੱਛੇ ਕਰ ਸਕਦੇ ਹਾਂ ਜਿੱਦਾਂ ਕਰ ਰਹੇ ਵੀ ਆਪਾਂ ਇਹ ਵੱਧ ਤੋਂ ਵੱਧ 9:15 ਤੱਕ ਚੱਕ ਸਕਦੇ ਆਪਾਂ ਅਤੇ ਘੱਟ ਤੋਂ ਘੱਟ ਚੱਕ ਸਕਦੇ ਇਹਨੂੰ ਆਪਾਂ 8:45 ਤੱਕ ਅਚੇਤਾ ਚੇਤਾ ਹੁੰਦਾ ਵੀ ਅਕਸੈਪਟ ਕਰਨਾ ਦੋ ਪਰਚੇ ਨਿਕਲੇ ਹਮੇਸ਼ਾ ਹਰੇਕ ਔਡਰ ਦੀਆਂ ਆਪਾਂ ਜਸਟਿਡ ਤੋਂ ਇੱਕ ਆਪਾਂ ਟੰਗ ਦਿੰਦੇ ਇੱਥੇ ਪੀਸੀ ਬਣਾਉਣ ਵਾਸਤੇ ਅਤੇ ਦੂਜੀ ਪਰਚੀ ਹੁੰਦੀ ਇੱਥੇ ਇਹਨੂੰ ਦੇਖ ਕੇ ਕੁੜੀ ਨੇ ਔਡਰ ਭੇਜਣਾ ਅੰਦਰ ਨੇ ਅਤੇ ਕਬਾਬ ਵੀ ਦੇਖੋ ਇੱਧਰ ਆਪਣਾ ਤਿਆਰ ਹੋ ਰਿਹਾ ਅਤੇ ਇੱਧਰ ਫੋਨ ਵੀ ਆ ਗਿਆ ਆਹ ਤਾਂ ਲਗਭਗ ਪੂਰੇ ਹੀ ਆ ਇਹ ਜੇ ਮੇਰੇ ਜਾਣੇ ਪੈਣੇ ਇਕੱਲੇ ਮਤਲਬ 45 ਸੈਂਟੀਮੀਟਰ ਦਾ ਪੀਸ ਹੈ ਇਹ ਬਣ ਲੈ ਦੋ ਪੂਸ ਤੋਂ ਬਣੇ ਜੇ ਆਪਾਂ ਦੋ ਪੂਸ ਤੇ ਬਣਾਉਂਦੇ ਤਾਂ ਕੱਪੜੇ ਆਪਾਂ ਦੈਨ ਫਿੱਟ ਲੈਣੀ ਹੈ ਤਾਂ ਕਿ ਇਹ ਬਰਾਬਰ ਬਰਾਬਰ ਹੋਵੇ ਅੱਧੀ ਜਿਹੜੀ ਕੁਸ ਤੋਂ ਇੱਕ ਹੋਵੇ ਕੁਸ ਤੋਂ ਹੁੰਦੀ ਹੈ ਵੀ ਦੋ ਤਰ੍ਹਾਂ ਦਾ ਪੀਸਾਂ ਕੁਸ ਤੋਂ ਕੀ ਕਹਿੰਦੇ ਕੁਸ ਤੋਂ ਦੋ ਟੇਸਟ ਮਤਲਬ ਹੋਰ ਦੋ ਪੀਸੇ ਬਣ ਗਏ ਇੱਕ ਜਿਹੜੇ ਡਿਵਾਈਡ ਕਰਕੇ ਇਹ ਆਪਾਂ ਤਿੰਨ ਵੀ ਬਣਾ ਦਿੰਦੇ ਹਾਂ ਇੱਦਾਂ ਕਰਕੇ ਆਪਾਂ 4 ਵੀ ਬਣਾ ਦਿੰਦੇ ਹਾਂ ਪਰ ਆਪਾਂ ਇਹ ਆਪਣੇ ਔਡਰ ਆਇਆ ਆਹ ਪੀਸੇ ਦੇ ਮਰਗਰੀ ਦਾ ਦਿਖਾਈ ਦਰ ਮਰਗਰੀ ਦਾ ਅਤੇ ਅਮੈਰੀਕਾ ਨਾਲ ਅਮੈਰੀਕਾ ਦੇ ਪੈਣੇ ਬਿਊਸਟਨ ਜਿਹੜੇ ਆਹ ਵਾਲੇ ਬਿਊਸਟਨ ਇਹ ਆਪਾਂ ਇੱਦਾਂ ਪਾ ਦਿੰਦੇ ਆਪਾਂ ਸਿੰਪਲ ਮਰਗਰੀ ਦਾ ਹੋ ਗਿਆ ਆਪਣਾ 4 ਬੰਦੇ ਐਨ ਰੱਜ ਕੇ ਖਾ ਸਕਦੇ ਪੀਸੇ ਨੂੰ ਇਹ ਇੰਨਾ ਹੈਵੀ ਪੀਸਾ ਹੁੰਦਾ ਹੈ ਫੈਮਿਲੀ ਪੀਸਾ ਕਹਿੰਦੇ ਇਹਨੂੰ ਅਤੇ ਟਾਈਮ ਇੱਧਰ ਹੁਣ 10 ਦੇ ਵੀ 10 ਮਿੰਟ ਰਹਿ ਗਏ ਅਤੇ ਗੁਸ਼ਾਨ ਸਿੰਘ ਜਾ ਕੇ ਆਪਣਾ ਹੁਣ ਕਰੂਗਾ ਰੈਸਟ ਮੇਰੀ ਪੁੱਤਰੀ ਸੌਂਗੀ ਜਾ ਕੇ ਅੱਗੇ ਤਾਂ ਨਾ ਜਦੋਂ ਮੰਮੀ ਡੈਡੀ ਹੁੰਦੇ ਘਰੇ ਫਿਰ ਦਾਦੀ ਪੁੱਤ 2 ਜਾਣੇ ਟਾਈਮ ਸੌ ਜਾਂਦੇ ਆ ਅੱਜ ਅਸੀਂ ਆਵਾਂਗੇ ਲੇਟ ਉੱਥੇ ਤੂੰ ਜਾ ਕੇ
ਸੌਣੀ ਠੀਕ ਹੈ ਠੀਕ ਹੈ ਸੌ ਜਾਣਾ ਰੋਟੀ ਪਾਣੀ ਖਾ ਲਿਆ ਨਾ ਰੋਟੀ ਖਾ ਲਿਆ ਢਿੱਡੀ ਭਰ ਲਈ ਸ਼ਾਨ ਨੇ ਸਵੇਰੇ ਜਾਣਾ ਸ਼ਾਨ ਨੇ ਸਕੂਲ ਨੂੰ ਹੁਣ ਮੇਰੇ ਪੁੱਤ ਨੇ ਹੈ ਜਾਣਾ ਪੈਣਾ ਹਾਂ ਕੱਲ੍ਹ ਸ਼ੁੱਕਰਵਾਰ ਹੈ ਹਨਾ ਉੱਠ ਕੇ ਚਲੀ ਗਏ ਫਿਰ ਤਾਂ ਗੱਲ ਇੱਕੋ ਹੀ ਜੇ 12 ਵਜੇ 1 ਵਜੇ 2 ਹਨ ਚੱਪ ਉੱਥੇ ਜਾ ਕੇ ਸੌ ਜਾ ਗੁੱਡ ਨਾਈਟ ਹੈ ਮਿੱਤਰੋ ਬਾਕੀ ਇੱਧਰ ਆਪਾਂ ਨੇ ਆਪਣੀ ਪਾਸਤੂ ਵੀ ਅੱਜ ਆਪਾਂ ਹੁਣੇ ਤਿਆਰ ਕਰਤੀ ਸ਼ਾਮ ਨੂੰ ਅੱਗੇ ਤਾਂ ਆਪਾਂ ਸੁਬਾਹ ਉੱਠ ਕੇ ਆਟਾ ਗੁੰਨਦੇ ਹਾਂ ਪੇੜੇ ਪੂੜੇ ਕਰਦੇ ਸਾਰਾ ਕੰਮ ਆਪਾਂ ਸਵੇਰੇ ਕਰਦੇ ਹਾਂ ਦੋ ਦੋ ਨੂੰ ਹੀ ਕੰਮ ਕਰਦੇ ਹਾਂ ਅਤੇ ਅੱਜ ਮੈਂ ਇੱਕ ਨਵੀਂ ਟਰਾਈ ਕਰਨ ਲੱਗਿਆ ਸੋਚਿਆ ਵੀ ਚਲੋ ਆਪਾਂ ਕਰਕੇ ਦੇਖਦੇ ਹਾਂ ਵੀ ਕੰਮ ਖਤਮ ਕਰਨ ਤੋਂ ਬਾਅਦ ਵੈਸੇ ਵੀ ਅੱਧਾ ਪੌਣਾ ਘੰਟਾ ਅਤੇ ਕੁੜੀ ਅੰਦਰ ਸਫਾਈ ਸਫੂਈ ਕਰੀ ਜਾਂਦੇ ਅਤੇ ਮੈਂ ਥੋੜ੍ਹਾ ਫ੍ਰੀ ਹੁੰਦਾ ਸੀਗਾ ਅਤੇ ਮੈਂ ਕਿਹਾ ਚਲੋ ਵੀ ਅੱਜ ਆਪਾਂ ਟਰਾਈ ਕਰਦੇ ਹਾਂ ਸ਼ਾਮ ਨੂੰ ਆਟਾ ਗੁੰਨਦੇ ਹਾਂ ਆਟਾ ਗੁੰਨ ਕੇ ਦੇਖਦੇ ਹਾਂ ਵੀ ਉੱਥੇ ਕਿੱਦਾਂ ਦੀ ਪਾਸਤੋ ਬਣਦੀ ਆ ਉਹਦੀ ਥੋੜ੍ਹੀ ਸੈਟਿੰਗ ਕਰਨੀ ਪੈਂਦੀ ਆ ਦੋ ਤਿੰਨ ਦਿਨ ਲੱਗ ਜਾਣੇ ਉਹਨੂੰ ਸੈਟਿੰਗ ਕਰਨ ਵਾਸਤੇ ਕਿਉਂਕਿ ਆਟੇ ਦਾ ਜਿਹੜਾ ਟੈਂਪਰੇਚਰ ਵੀ ਦੇਖਣਾ ਪੈਂਦਾ ਪਾਣੀ ਕਿੰਨਾ ਠੰਡਾ ਰੱਖਣਾ ਕਿੰਨੀ ਲੇਵੀ ਤੋਂ ਪਾਉਣੀ ਆ ਅੱਗੇ ਆਪਾਂ ਜਿਹੜੀ ਆਪਣਾ ਆਟਾ ਗੁੰਨ ਕੇ ਪੇੜੇ ਕਰਕੇ ਬਾਹਰ ਰੱਖ ਦਿੰਦੇ ਹਾਂ ਉਹ ਜਿਹੜਾ ਵਾਤਾਵਰਨ ਆਪਣਾ ਪੀਸਰ ਹੁੰਦਾ ਇਹਦੇ ਵਿੱਚ ਆਪਣਾ ਇੰਪਾਸਤੋ ਲੇਵੀ ਤੋਂ ਹੁੰਦੀ ਆ ਅਤੇ ਆਪਾਂ ਜਿਹੜੀ ਸ਼ਾਮ ਨੂੰ ਗੁੰਨਣੀ ਆ ਇਹ ਫਰਿੱਜ ਦੇ ਵਿੱਚ ਹੁੰਦੀ ਆ ਥੋੜ੍ਹੀ ਲੇਵੀ ਤੋਂ ਵੱਧ ਰੱਖਣੀ ਪੈਣੀ ਆ ਦੋ ਤਿੰਨ ਦਿਨ ਲੱਗੇ ਸੈਟਿੰਗ ਕਰਨ ਵਾਸਤੇ ਇਹ ਮੈਂ ਤਾਂ ਕਰਨ ਲੱਗੇ ਆ ਵੀ ਜਿਹੜੀ ਸਵੇਰ ਦੀ ਤੁਰ ਨੂੰ ਆਪਾਂ ਸ਼ਾਮ ਨੂੰ ਆਪਣੀ ਕਰ ਲਿਆ ਕਰੀਏ ਅਤੇ ਮੇਰੇ ਕੋਲ ਟਾਈਮ ਨਹੀਂ ਬਚਦਾ ਨਾ ਤਾਂ ਸੁਬਾਹ ਜਿੰਮ ਜਾਣ ਦਾ ਟਾਈਮ ਬਚਦਾ ਅਤੇ ਫਿਰ ਸਪੇਜ਼ਾ ਵੀ ਕਰਨਾ ਹੁੰਦਾ ਅੱਗੇ ਤਾਂ ਡੈਡੀ ਉਹਨੇ ਸੁਬਾਹ ਉੱਠ ਕੇ ਸਪੇਜ਼ਾ ਕਰ ਦਿੰਦੇ ਹਾਂ ਸਮਾਨ ਜਿਹੜਾ ਦੁਕਾਨ ਦਾ ਜਾਂ ਆਪਾਂ ਲਿਸਟਾਂ ਵਗੈਰਾ ਲਿਖ ਕੇ ਰੱਖਦੇ ਨਾ ਉਹ ਜਾ ਕੇ ਲਿਆਉਂਦੇ ਹਾਂ ਅਤੇ ਫਿਰ ਮੈਨੂੰ ਇੱਕ ਵਾਰ ਸੌਖਾ ਹੋ ਜਾਂਦਾ ਫਿਰ ਆਪਣਾ ਮੈਂ ਦੁਕਾਨ 'ਤੇ ਕੰਮ ਕਰ ਲੈਂਦਾ ਸੀ ਅਤੇ ਉੱਧਰ ਬਾਹਰੋਂ ਸਮਾਨ ਡੈਡੀ ਉਹਨੇ ਆਉਂਦੇ ਸੀਗੇ ਅਤੇ ਹੁਣ ਵੀ ਸਾਰਾ ਕੰਮ ਮੈਨੂੰ ਇਕੱਲੇ ਨੂੰ ਕਰਨਾ ਪੈਣਾ ਟਾਈਮ ਥੋੜ੍ਹਾ ਮੈਨੇਜ ਕਰਨਾ ਹੀ ਪੈਣਾ ਫਿਰ ਮੈਨੂੰ ਉਹ ਮੈਂ ਸੋਚਿਆ ਵੀ ਚਲੋ ਆਪਾਂ ਸ਼ਾਮ ਵਾਟਾਫਰ ਗੁਰੂ ਵਗੈਰਾ ਗਾਉਂਦਾਂਗੇ ਅਤੇ ਸੁਬਾਹ ਉੱਠ ਕੇ ਬੰਦਾ ਕੁਛ ਸ਼ਾਮ ਨੂੰ ਸਕੂਲ ਛੱਡ ਕੇ ਅਤੇ ਬੰਦਾ ਜਿੰਮ ਜਾਵੇ ਅਤੇ ਬਾਅਦ 'ਚ ਆਉਣ ਲੱਗੇ ਆਪਣਾ ਸਮਾਨ ਨੂੰ ਇਕੱਠਾ ਕਰ ਦੇਵੇ ਅਤੇ ਸ਼ਾਮ ਜੀ ਆਟੇ ਦਾ ਕੰਮ ਹੈ ਉਹ ਆਪਾਂ ਸ਼ਾਮ ਨੂੰ ਹੀ ਕਰਨ ਲਈ ਸੋਚ ਰਿਹਾ ਮੈਂ ਬਾਕੀ ਟਰਾਈ ਕਰਦੀ ਆ ਦੇਖੋ ਇੱਧਰ ਆਟਾ ਕੜਾ ਕੜਾ ਗਿਰ ਗਿਆ ਕੜਾ ਮੈਂ ਖੋਲ੍ਹ ਦਿੰਦਾ ਨਾ ਕੜਾ ਵੱਜਦਾ ਫਿਰ ਪੀਸੇ ਪਾੜ ਦਿੰਦਾ ਇਹ ਤਾਂ ਦੇਖੋ ਇੱਧਰ ਆਟਾ ਆਪਾਂ ਨੇ ਗੁੰਨਤਾ ਅਤੇ ਪੇੜੇ ਇਹਦੇ ਆਪਾਂ ਹੁਣੇ ਕਰ ਦੇਣੇ ਟਾਈਮ ਨਾਲ ਕਰਕੇ ਵੀ ਫਰਿੱਜ 'ਚ ਰੱਖ ਦੇਣੇ ਅਤੇ ਟਾਈਮ ਦੇਖੋ ਲੈ 11:15 ਹੋਏ ਆ ਸਫਾਈ ਸਾਰੀ ਚੱਲਦੀ ਆ ਲੈ ਫਾਈਨਲੀ 11:30 ਹੋ ਗਏ ਅਤੇ ਆਪਾਂ ਨੇ ਕੰਮ ਕਰ ਸਾਰੀ ਆਪਣਾ ਨਿਬੇੜਤਾ ਆਟਾ ਗੁੰਨ ਕੇ ਫਰਿੱਜ ਵਿੱਚ ਰੱਖਤਾ ਥੱਲੇ ਝਾੜੂ ਪੋਚਾ ਵੀ ਲਾਤਾ ਸਾਰੇ ਕੰਮ ਆਪਣੇ ਜਿਹੜੇ ਕੱਲ੍ਹ ਨੂੰ ਸਵੇਰ ਦੇ ਕਰਦੇ ਹੁੰਦੇ ਆਪਾਂ ਸਾਰੇ ਨਿਬੇੜਦੇ ਆਪਣੇ ਅਤੇ ਆਪਾਂ ਸਮਾਨ ਦੀ ਪਰਚੀ ਜਿਹੜਾ ਕੱਲ੍ਹ ਨੂੰ ਸਮਾਨ ਆਉਣਾ ਆਪਾਂ ਨਾਲੇ ਚੁੱਕ ਲਈ ਆਪਣੀ ਅਤੇ ਕੱਲ੍ਹ ਨੂੰ ਬਸ ਆਪਾਂ ਸੁਬਾਹ ਉੱਠ ਕੇ ਆਹ ਸਮਾਨ ਜਾ ਕੇ ਲੈ ਕੇ ਆਉਣਾ ਅਤੇ ਆਪਣੀ ਤਿਆਰੀ ਸ਼ਿਆਰੀ ਆਪਣੀ ਕੱਲ੍ਹ ਸਵੇਰ ਦੀ ਆਪਾਂ ਲਗਭਗ ਸਾਰੀ ਹੋ ਗਈ ਆਪਣੀ ਅਤੇ ਮੈਨੂੰ ਲੱਗਿਆ 1 ਘੰਟਾ ਫਾਲਤੂ ਲੱਗੇ ਜੇ ਸ਼ਾਮ ਨੂੰ ਘੰਟਾ ਲਾ ਲਈ ਤਾਂ ਦੂਜੇ ਦਿਨ ਵਾਲਾ 2 ਘੰਟੇ ਬਰਾਬਰ ਹੈਗੀ ਉਹ ਸੁਬਾਹ ਉੱਠ ਕੇ ਬੰਦਾ ਫਿਰ ਤਿਆਰ ਹੁੰਦਾ ਫਿਰ ਕੱਪੜੇ ਪਾਉਂਦਾ ਕੰਮ ਵਾਲੇ ਫਿਰ ਥੱਲੇ ਆਉਂਦਾ ਅਤੇ ਫਿਰ ਆ ਕੇ ਬੰਦਾ ਤੁਹਾਨੂੰ ਪਤਾ ਹੀ ਗੇਟ ਖੋਲ੍ਹਦੀ ਤਾਂ ਹਵਾ ਨਿਕਲਦੀ ਆ ਮੰਨ ਲਓ ਵੀ 2-3 ਘੰਟੇ ਕਿਤੇ ਜਾਂਦੇ ਲੱਗੇ ਜਾਂਦੇ ਆ ਪਰ ਹੁਣ ਆਪਾਂ ਜਲਦੀ ਚੱਲਦੇ ਵਿੱਚ ਕੰਮ ਨਿਬੇੜਦਾ 1 ਘੰਟਾ ਕੁ ਲੱਗਿਆ ਸਾਰੇ ਕੰਮ ਆਪਣਾ ਲਗਭਗ ਫਿਨਿਸ਼ ਹੋ ਗਿਆ ਅਤੇ ਪਰ ਰਹਿ ਪਾਵਾਂ ਗੱਲ ਹੀ ਆ ਸਾਰੇ ਚਲੇ ਗਏ ਆਪਣੇ ਘਰ ਨੂੰ ਸਿਮਰ ਨੂੰ ਮੈਂ ਘਰ ਨੂੰ ਭੇਜ ਦਿੱਤਾ ਮੈਂ ਜਾ ਕੇ ਰੋਟੀ ਪਾਣੀ ਬਣਾ ਮੈਂ ਬਸ ਆਇਆ ਅਤੇ ਆਪਾਂ ਲੈਟਾਂ ਕਰਕੇ ਆਪਣੀ ਬੰਦ ਬੁਲਾ ਕੇ ਫਤਿਹ ਆਪਣੀ ਦੁਕਾਨ ਨੂੰ ਅਤੇ ਚੱਲੀਏ ਮਿੱਤਰੋ ਅਤੇ ਗੱਡੀਆਂ ਆਪਣੀਆਂ ਦੋਨੇ ਖੜੀਆਂ ਲਾਈਨ ਦੇ ਵਿੱਚ ਇੱਕ ਆਹ ਖੜੀ ਆ ਅਤੇ ਇੱਕ ਪਿੱਛੇ ਖੜੀ ਆ ਇੱਥੇ ਜਗ੍ਹਾ ਛੱਡੀ ਵੀ ਪਹਿਲਾਂ ਆਪਣੇ ਪੌਨੀਆਂ ਵਾਸਤੇ ਜਿਹੜੇ ਆਰਡਰ ਆਊਟ ਕਰਦੇ ਹਾਂ ਅਤੇ ਆਪਾਂ ਆਪਣੀ ਗੱਡੀ ਹੁਣ ਚੱਕ ਕੇ ਫੋਰਡ ਨੂੰ ਇੱਥੇ ਸਾਹਮਣੇ ਖੜਾ ਦਿੰਦੇ ਹਾਂ ਲਓ ਜੀ ਮਿੱਤਰੋ ਫਾਈਨਲੀ ਗੱਡੀ ਆਪਾਂ ਆਪਣੀ ਸਾਈਡ 'ਤੇ ਪਾਰਕਿੰਗ ਦੇ ਵਿੱਚ ਲਾਤੀਆਂ ਅਤੇ ਹੁਣ ਚੱਲਦਾ ਘਰ ਨੂੰ ਘਰ ਜਾ ਕੇ ਆਪਾਂ ਹੁਣ ਕਰਦੇ ਆਪਣੀ ਵਲੌਗ ਦੀ ਐਡੀਟਿੰਗ ਅਤੇ ਉਸ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਹੈ ਜਿਹੜਾ ਰੋਟੀ ਪਾਣੀ ਖਾਣ ਦਾ ਜਿਹਦੇ ਵਿੱਚ ਭੱਜੇ ਫਿਰਦੇ ਆਪਾਂ ਉਹ ਰੋਟੀ ਖਾਣੀ ਆ ਅਤੇ ਹੁਣ ਜਾ ਕੇ ਰੋਟੀ ਪਾਣੀ ਖਾ ਕੇ ਵਲੌਗ ਦੀ ਕਰਾਂਗੇ ਐਡੀਟਿੰਗ ਅਤੇ ਅੱਜ ਦਾ ਦਿਨ ਵੀ ਬਾਬੇ ਦੀ ਕਿਰਪਾ ਦੇ ਨਾਲ ਬੜਾ ਸੋਹਣਾ ਗਿਆ ਤੁਹਾਡੇ ਕਿ ਆਪਾਂ ਸਾਰਾ ਦਾ ਸਾਰੇ ਸ਼ੇਅਰ ਕੀਤਾ ਰੋਜ਼ ਦੀ ਤਰ੍ਹਾਂ ਅਤੇ ਪਰਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਬਖਸ਼ਿਸ਼ ਚੜ੍ਹਦੀ ਕਲਾ ਰੱਖੇ ਤੁਹਾਨੂੰ ਮਿਲਿਆ ਕੱਲ੍ਹ ਨੂੰ ਇੱਕ ਸਵੇਰੇ ਹੋਰ ਸੋਹਣੇ ਜਿਹੇ ਵਲੌਗ ਦੇ ਵਿੱਚ ਜੇ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈੱਲ ਆਈਕਨ 'ਤੇ ਕਰਿਓ ਕਲਿੱਕ ਸਵੇਰੇ ਮਿਲਦੇ ਹੋਰ ਸੋਹਣੇ ਜਿਹੇ ਵਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਿਆ ਵੀ ਪ੍ਰਸ਼ਾਦਾ।